ਪੰਛੀਆਂ ਦਾ ਮਤਲਬ ਕਹਿਣਾ ਜੀ, ਗਰਮੀ ਇੰਨੀ ਵੱਧ ਰਹੀ ਆ, ਆਪਣਾ ਇੰਨਾ ਬੁਰਾ ਹਾਲ ਹੈ, ਅਸੀਂ ਬੋਲ ਸਕਦੇ ਹਾਂ, ਪੰਛੀ ਬੋਲ ਨਹੀਂ ਸਕਦੇ, ਵੀ ਉਹ ਵਿਚਾਰੇ ਕਿੱਦਾਂ ਰਹਿੰਦੇ ਹੋਣੇ ਆ। ਉਸ ਮਨ 'ਚ ਖਿਆਲ ਆਇਆ ਵੀ ਅਸੀਂ ਆਟੋ ਵਾਲੇ ਆਪਣੇ ਭਾਈਚਾਰੇ ਨੂੰ ਇਕੱਠਾ ਕੀਤਾ, ਵੀ ਅਸੀਂ ਥੋੜ੍ਹੇ ਥੋੜ੍ਹੇ ਪੈਸੇ ਪਾ ਕੇ ਸਾਰਿਆਂ ਨੇ ਕੁੱਜੇ ਰੱਖੇ ਪਾਰਕ ਦੇ ਵਿੱਚ, ਨਾਲ ਨਾਲ ਅਸੀਂ ਪੰਛੀਆਂ ਦੀ ਸੇਵਾ ਵੀ ਕੀਤੀ, ਪਾਣੀ ਪਾਇਆ, ਦਾਣਾ ਪਾ ਦਿੰਦੇ ਹਾਂ, ਆਲ੍ਹਣੇ ਲਾਏ ਆ। ਸ਼ਹਿਰ ਦੇ ਵਾਸੀ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਆਪਣੇ ਘਰ ਦੇ ਨੇੜੇ ਤੇੜੇ ਪਾਰਕ 'ਚ ਕਿਤੇ ਵੀ ਜਗ੍ਹਾ ਮਿਲਦੀ ਹੈ ਤਾਂ ਪਾਣੀ ਵਾਸਤੇ ਕੁੱਜਾ ਰੱਖੋ, ਪੰਛੀਆਂ ਨੂੰ ਦਾਣਾ ਪਾਓ, ਕੋਸ਼ਿਸ਼ ਕਰੋ ਹਰ ਵੀ ਪਾਰਕ ਦੇ ਵਿੱਚ ਜਾ ਕੇ ਹਰ ਬੰਦਾ ਇੱਕ ਰੁੱਖ ਜ਼ਰੂਰ ਲਗਾਵੇ। ਸਭ ਲੋਕ ਕੁਛ ਨਾ ਕੁਛ ਪੰਛੀਆਂ ਵਾਸਤੇ ਪਾਣੀ ਦਾ ਇੰਤਜ਼ਾਮ ਜਾਂ ਖਾਣ ਪੀਣ ਦਾ ਜ਼ਰੂਰ ਪਾਰਕ 'ਚ ਰੱਖਣਾ ਚਾਹੀਦਾ। ਸਤਿ ਸ਼੍ਰੀ ਅਕਾਲ, ਤਾਂ ਸਿਟੀ ਹੈੱਡਲਾਈਨਸ ਦੇ ਤਮਾਮ ਦਰਸ਼ਕਾਂ ਦਾ ਮੈਂ ਦਮਨਜੋਤ ਸਵਾਗਤ ਕਰਦੀ ਹਾਂ। ਅੱਜ ਤੁਹਾਨੂੰ ਇੱਦਾਂ ਦੇ ਭਾਈਚਾਰੇ ਨਾਲ ਮਿਲਵਾਵਾਂਗੇ ਜੋ ਕਿ ਆਟੋ ਚਲਾਉਂਦੇ ਨੇ ਪਰ ਫਿਰ ਵੀ ਪੰਛੀਆਂ ਦੀ ਸੇਵਾ ਕਰਨ ਤੋਂ ਪਿੱਛੇ ਨਹੀਂ ਹਟਦੇ। ਆਪਾਂ ਗੱਲਬਾਤ ਵੀ ਕਰਾਂਗੇ ਕਿ ਆਖਿਰ ਕਿੱਦਾਂ ਉਹ ਆਪਣੇ ਘਰ ਦਾ ਗੁਜ਼ਾਰਾ ਕਰਨ ਦੇ ਨਾਲ ਨਾਲ ਪੰਛੀਆਂ ਦੀ ਸੇਵਾ ਕਰਦੇ ਨੇ। ਸੋ ਆ ਜਾਓ ਗੱਲਬਾਤ ਕਰਦੇ ਹਾਂ, ਸਾਡੇ ਨਾਲ ਕੁਝ ਲੋਕ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਸੋ ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਮੈਡਮ ਜੀ, ਤੁਸੀਂ ਆਟੋ ਚਲਾਉਂਦੇ ਹੋ ਤੇ ਕਿੱਦਾਂ ਪੰਛੀਆਂ ਦੀ ਸੇਵਾ ਕਰਨ ਦਾ ਖਿਆਲ ਸਭ ਤੋਂ ਪਹਿਲਾਂ? ਪੰਛੀਆਂ ਦਾ ਮਤਲਬ ਕਹਿਣਾ ਜੀ, ਗਰਮੀ ਇੰਨੀ ਵੱਧ ਰਹੀ ਆ, ਆਪਣਾ ਇੰਨਾ ਬੁਰਾ ਹਾਲ ਹੈ, ਅਸੀਂ ਬੋਲ ਸਕਦੇ ਹਾਂ, ਪੰਛੀ ਬੋਲ ਨਹੀਂ ਸਕਦੇ, ਵੀ ਉਹ ਵਿਚਾਰੇ ਕਿੱਦਾਂ ਰਹਿੰਦੇ ਹੋਣੇ ਆ। ਫਿਰ ਮਨ 'ਚ ਖਿਆਲ ਆਇਆ ਵੀ ਇੱਕ ਦਿਨ ਦੇਖਿਆ ਵੀ ਕਿਸੇ ਨੂੰ ਪਾਣੀ ਪਾਉਂਦੇ ਦੇਖਿਆ ਜੀ, ਵੀ ਉਸ ਤੋਂ ਮਨ 'ਚ ਖਿਆਲ ਆਇਆ ਵੀ ਅਸੀਂ ਆਟੋ ਵਾਲੇ ਆਪਣੇ ਭਾਈਚਾਰੇ ਨੂੰ ਇਕੱਠਾ ਕੀਤਾ, ਵੀ ਅਸੀਂ ਥੋੜ੍ਹੇ ਥੋੜ੍ਹੇ ਪੈਸੇ ਪਾ ਕੇ ਸਾਰਿਆਂ ਨੇ ਕੁੱਜੇ ਰੱਖੇ ਪਾਰਕ ਦੇ ਵਿੱਚ, ਆਲ੍ਹਣੇ ਲਾਏ ਵੀ ਚਲੋ ਪੰਛੀਆਂ ਦੀ ਸੇਵਾ ਕਰਾਂਗੇ, ਆਪਣੇ ਨਾਲ ਨਾਲ ਅਸੀਂ ਪੰਛੀਆਂ ਦੀ ਸੇਵਾ ਵੀ ਕੀਤੀ, ਪਾਣੀ ਪਾਇਆ, ਦਾਣਾ ਪਾ ਦਿੰਦੇ ਹਾਂ, ਆਲ੍ਹਣੇ ਲਾਏ ਆ, ਉਹਦੇ ਕਰਕੇ ਜੀ। ਅੰਕਲ ਜੀ, ਕਿੱਦਾਂ ਲੱਗਦਾ ਪਹਿਲਾਂ ਤਾਂ ਪੰਛੀਆਂ ਦੀ ਸੇਵਾ ਕਰਕੇ? ਬਹੁਤ ਵਧੀਆ ਲੱਗਦਾ ਜੀ, ਮੈਂ ਤਾਂ ਚਾਹੁੰਦਾ ਹਰ ਬੰਦਾ ਪੰਛੀਆਂ ਦੀ ਸੇਵਾ ਕਰੇ, ਪਾਣੀ ਰੱਖੇ, ਕਰ ਦਾਣਾ ਡਾਲੇ। ਬਸ ਇਹ ਗੱਲ ਕਰੀਏ, ਤੁਸੀਂ ਆਪ ਪੂਰਾ ਦਿਨ ਮਿਹਨਤ ਕਰਕੇ ਕਮਾਉਂਦੇ ਹੋ, ਉਸ ਤੋਂ ਬਾਅਦ ਤੁਸੀਂ ਪੰਛੀਆਂ ਦੀ ਸੇਵਾ ਦਾ ਕਿੱਦਾਂ ਸੋਚਦੇ ਹੋ? ਪਤਾ ਹੁੰਦਾ ਮੈਡਮ, ਇਹਨਾਂ ਦਾ ਆਪ ਸਾਰਾ ਦਿਨ ਗਰਮੀ 'ਚ ਰਹਿੰਦੇ ਆ, ਸਾਨੂੰ ਪਤਾ ਜੀ ਬਾਹਰ ਕੀ ਹਾਲ ਹੈ ਇਸ ਟਾਈਮ ਗਰਮੀ 'ਚ, ਤਾਂ ਕਰਕੇ ਅਸੀਂ ਤਾਂ ਫਿਰ ਬੋਲ ਲੈਂਦੇ ਹਾਂ ਵੀ ਪਾਣੀ ਚਲੋ ਜਿੱਥੇ ਠੰਡਾ ਲੱਗਦਾ ਪਾਣੀ ਪੀ ਵੀ ਜਾਂਦੇ ਹਾਂ, ਕਿਤੇ ਰਸਤੇ 'ਚ ਵੀਲ ਲੱਗੀ ਹੁੰਦੀ ਉੱਥੇ ਪੀ ਲੈਂਦੇ, ਪੰਛੀਆਂ ਨੇ ਕਿੱਥੇ ਜਾਣਾ ਜੀ, ਉਹ ਤਾਂ ਬੋਲ ਵੀ ਨਹੀਂ ਦਾ ਥੋੜ੍ਹੇ ਔਖਾ ਨਹੀਂ ਹੁੰਦਾ ਤੁਹਾਨੂੰ ਥੋੜ੍ਹਾ ਜਿਹਾ, ਕਿਉਂਕਿ ਤੁਹਾਡੀ ਆਪਣੇ ਖਰਚੇ ਵੀ ਮਸਾਂ ਹੀ ਪੂਰੇ ਹੁੰਦੇ ਹੋਣਗੇ? ਔਖਾ ਤਾਂ ਹੁੰਦਾ ਪੈਣਾ ਵੀ ਆ, ਪਰ ਚਲੋ ਇਹ ਆ ਸੇਵਾ ਵਾਸਤੇ ਟਾਈਮ ਤਾਂ ਕੱਢਣਾ ਹੀ ਪੈਂਦਾ ਜੀ, ਸੇਵਾ ਜੇ ਕਰਨੀ ਆ ਥੋੜ੍ਹਾ ਔਖਾ ਤਾਂ ਹੋਣਾ ਹੀ ਪੈਂਦਾ ਜੀ। ਸੇਵਾ ਕਰਦੇ ਹੋ ਕਿੱਥੇ ਕਿੱਥੇ ਜਾ ਕੇ ਹੁਣ ਤੱਕ ਕਰ ਚੁੱਕੇ ਹੋ ਸੇਵਾ? ਸੇਵਾ ਮੈਡਮ ਅਸੀਂ 3-4 ਪਾਰਕਾਂ 'ਚ ਰੱਖ ਬੈਠੇ ਜੀ ਇਸ ਟਾਈਮ, ਅੱਗੇ ਵਾਹਿਗੁਰੂ ਜਿੰਨੀ ਕਿਰਪਾ ਕਰੇਗਾ ਉਨੀ ਹੋਰ ਪਾਰਕਾਂ 'ਚ ਰੱਖ ਦਾਂਗੇ ਜੀ। ਜਿੰਨੀ ਰੱਖ ਚੁੱਕੇ ਹੋ ਹੁਣ ਤੱਕ? ਹੁਣ 3-4 ਪਾਰਕਾਂ 'ਚ ਰੱਖ ਚੁੱਕੇ ਹਾਂ। 3-4 ਪਾਰਕਾਂ 'ਚ ਆਲਣੇ ਵੀ ਲਾ ਚੁੱਕੇ ਹੋ? ਹਾਂਜੀ, ਇਹ ਬਰਤਨ ਵੀ ਰੱਖ ਚੁੱਕੇ ਹਾਂ ਜੀ ਭਾਂਡੇ। ਤੁਸੀਂ ਗੱਲ ਕਰੀਏ ਤਾਂ ਕਿੰਨਾ ਕੁ ਖਰਚਾ ਤੁਹਾਨੂੰ ਇਹਨਾਂ ਦਾ ਦੇਖਣਾ ਪੈਂਦਾ ਹੈ? ਕਿਉਂਕਿ ਜੇ ਆਪਾਂ ਗੱਲ ਕਰੀਏ 7-8 ਬੀਜ ਅਗਰ ਤੁਸੀਂ ਹਰ ਵਾਰ ਕੁੱਜੇ ਲੈਂਦੇ ਹੋ ਜਾਂ ਆਲਣੇ ਲੈਂਦੇ ਹੋ ਤਾਂ ਖਰਚਾ ਤਾਂ ਬੈਠਦਾ ਹੀ ਹੋਣਾ ਤੁਹਾਡਾ? ਖਰਚਾ ਕੋਈ ਜ਼ਿਆਦਾ ਨਹੀਂ ਆਉਂਦਾ ਮੈਡਮ ਜੀ, ਵੱਧ ਤੋਂ ਵੱਧ 20 ਰੁਪਏ ਦਾ ਕੁੱਜਾ ਜੀ ਇੱਕ ਜੀ। ਜੇ 5 ਲੈ ਲੈਂਦੇ ਹਾਂ, ਇਹ ਆ 3 ਭਾਈਚਾਰੇ, 3 ਰਲ ਜਾਂਦੇ ਆ ਭਰਾ, 30-30 ਰੁਪਏ ਹਿੱਸੇ ਆਉਂਦੇ ਆ, ਪਾ ਕੇ ਲੈ ਕੇ ਰੱਖ ਦੇਈਦਾ ਜੀ, ਪਾਣੀ ਪਾ ਦੇਈਦਾ, ਦਾਣਾ ਐਂ ਹੁੰਦਾ, ਘਰੇ ਚੌਲ ਪਏ ਹੁੰਦੇ ਆ, ਬਾਜਰਾ ਪਿਆ ਹੁੰਦਾ, ਉਹ ਕੋਈ ਨਾ ਕੋਈ ਇੱਕ ਅੱਧਾ ਬੰਦਾ ਲੈ ਆਉਂਦਾ, ਕੋਈ ਇੱਕ ਜਣਾ ਲਿਆ ਆ, ਵਾਰੀ ਵਾਰੀ ਸਿਰ ਲੈ ਆਉਂਦੇ ਆ ਜੀ। ਮਤਲਬ ਮਨ ਦੇ ਵਿੱਚ ਕਦੋਂ ਤੋਂ ਖਿਆਲ ਆਇਆ ਤੁਹਾਡੇ? ਇਹ ਮਨ ਦੇ ਵਿੱਚ ਹਫ਼ਤਾ 10 ਦਿਨ ਤੁਸੀਂ ਇਹ ਕੰਮ ਕਰ ਵੀ ਰਹੇ ਹੋ। ਹਾਂਜੀ, ਖੁਸ਼ੀ ਕਿੰਨੀ ਕੁ ਹੁੰਦੀ ਹੈ ਜਦੋਂ ਤੁਸੀਂ? ਖੁਸ਼ੀ ਤਾਂ ਬਹੁਤ ਜ਼ਿਆਦਾ ਮਿਲਦੀ ਹੈ ਮੈਡਮ ਜੀ, ਦਿਲ ਨੂੰ ਸਕੂਨ ਮਿਲਦਾ ਨਾਲ ਘਰੇ ਜਾਈਦਾ, ਆਪਣੇ ਹੁਣ ਸ਼ਾਮ ਦੇ ਟਾਈਮ ਬੱਚਿਆਂ ਨੂੰ ਵੀ ਲੈ ਕੇ ਆਈਦਾ ਪਾਰਕ ਦੇ ਵਿੱਚ, ਘਰ ਦੇ ਨੇੜੇ ਪਾਰਕ ਆ, ਪਾਰਕ 'ਚ ਲੈ ਕੇ ਜਾਈਦਾ, ਬੱਚਿਆਂ ਨੂੰ ਵੀ ਲੈ ਕੇ ਜਾਈਦਾ ਪਾਰਕ 'ਚ, ਦਿਖਾਈਦਾ ਬੱਚਿਆਂ ਨੂੰ ਵੀ ਆਹ ਇੱਥੇ ਰੱਖ ਕੇ ਆਏ ਆ, ਇਹ 'ਚ ਪਾਣੀ ਪਾਓ। ਆ ਸ਼ਾਮ ਨੂੰ ਬੱਚੇ ਬੋਤਲਾਂ ਲੈ ਕੇ ਜਾਂਦੇ ਨੇ ਪਾਰਕ 'ਚ, ਉਹ ਪਾਣੀ ਪਾਉਂਦੇ ਨੇ, ਬੱਚਿਆਂ ਨੂੰ ਵੀ ਖੁਸ਼ੀ ਮਿਲਦੀ ਆ।
ਮਤਲਬ ਆਪਣੇ ਨਾਲ ਨਾਲ ਬੱਚਿਆਂ ਨੂੰ ਵੀ ਤੁਸੀਂ ਨਾਲ ਲਗਾਇਆ ਹੋਇਆ, ਆਪਣੇ ਫੈਮਿਲੀ ਨੂੰ ਨਾਲ ਜੋੜਿਆ ਹੋਇਆ। ਗੱਲ ਕਰੀਏ ਤਾਂ ਸਾਡੇ ਯੰਗਸਟਰਸ ਨੂੰ, ਸਾਡੇ ਦੇਖਣ ਵਾਲੇ ਦਰਸ਼ਕ ਨੇ, ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਕਿਉਂਕਿ ਜੇਕਰ ਹਰ ਕੋਈ ਇੱਦਾਂ ਇੱਕ ਸਟੈਪ ਚੱਕਣ ਲੱਗ ਜਾਵੇ, ਇੰਨਾ ਕੁ ਪੰਛੀਆਂ ਲਈ ਜਾਂ ਜਿਸ ਜਾਨਵਰ ਲਈ ਕਰਨ ਲੱਗ ਜਾਵੇ ਤਾਂ ਉਸ ਉੱਪਰ ਕੀ ਹੋਏਗਾ? ਮੈਡਮ ਇਹ ਤਾਂ ਮੈਂ ਕਹਿੰਦਾ ਜੀ ਏਸੀਆਂ ਦੀ ਲੋੜ ਹੀ ਨਹੀਂ ਪੈਣੀ। ਅੱਗੇ ਬਾਰਿਸ਼ ਦਾ ਮੌਸਮ ਆ ਰਿਹਾ, ਇਹਨਾਂ ਦੇ ਨਾਲ ਨਾਲ ਹਰ ਬੰਦਾ ਇੱਕ ਰੁੱਖ ਲਗਾਵੇ ਆਪਣੇ ਪਾਰਕ ਦੇ ਵਿੱਚ, ਨੇੜੇ ਤੇੜੇ ਘਰ ਦੇ ਨਾਲ, ਕਿਤੇ ਦੂਰ ਵੀ ਜਗ੍ਹਾ ਜਿੱਥੇ ਖਾਲੀ ਦੇਖੇ ਇੱਕ ਰੁੱਖ ਜ਼ਰੂਰ ਲਗਾਵੇ, ਹਰ ਬੰਦਾ ਇੱਕ ਰੁੱਖ ਜ਼ਰੂਰ ਲਾਵੇ। ਏਸੀਆਂ ਦੀ ਲੋੜ ਹੀ ਨਹੀਂ ਪਏਗੀ ਆਉਣ ਵਾਲੇ ਟਾਈਮ 'ਚ, ਨਹੀਂ ਤਾਂ ਟੈਂਪਰੇਚਰ ਇੰਨਾ ਵਧੇਗਾ ਕਿ ਰਹਿ ਰੱਬ ਦਾ ਨਾ ਜੀ। ਇਸ ਵਾਰ ਤਾਂ ਟੈਂਪਰੇਚਰ 50 ਤੱਕ ਚਲਾ ਗਿਆ ਹੁਣੀ, 50 ਤਾਂ ਗਿਆ ਹੀ ਨਹੀਂ ਮੈਡਮ, ਅਜੇ 50 ਤਾਂ ਗਿਆ ਹੀ ਨਹੀਂ ਗਾ, 46 ਤੇ ਲੋਕਾਂ ਦਾ ਇੰਨਾ ਬੁਰਾ ਹਾਲ ਹੈ, ਅਤੇ 50 ਤੇ ਜਾਏਗਾ ਤਾਂ ਸੋਚੋ ਤੁਸੀਂ ਆਪ ਕੀ ਹਾਲ ਹੋਏਗਾ ਲੋਕਾਂ ਦਾ। ਸੋ ਕਿੱਦਾਂ ਦੇਖਦੇ ਹੋ ਕਿ ਸਾਡੇ ਦਰਸ਼ਕਾਂ ਨੂੰ ਕਿੱਦਾਂ ਕਹਿਣਾ ਚਾਹੋਗੇ, ਕਿ ਕਿੱਦਾਂ ਦੀ ਸੇਵਾ ਹੋਰ ਤੁਸੀਂ ਕਰਨਾ ਚਾਹੁੰਦੇ ਹੋ, ਜੋ ਤੁਸੀਂ ਕੋਸ਼ਿਸ਼ ਕਰੋਗੇ ਹੋਰ ਸੇਵਾ ਕਰੋਗੇ? ਦਰਸ਼ਕਾਂ ਨੂੰ ਤਾਂ ਇਹੀ ਮੈਸੇਜ ਹੈ ਜੀ, ਅਸੀਂ ਹਰ ਸ਼ਹਿਰ ਦੇ ਵਾਸੀ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਹਾਂ ਕਿ ਆਪਣੇ ਘਰ ਦੇ ਨੇੜੇ ਤੇੜੇ ਪਾਰਕ 'ਚ ਕਿਤੇ ਵੀ ਜਗ੍ਹਾ ਮਿਲਦੀ ਹੈ ਤਾਂ ਪਾਣੀ ਵਾਸਤੇ ਕੁੱਜਾ ਰੱਖੋ, ਪੰਛੀਆਂ ਨੂੰ ਦਾਣਾ ਪਾਓ, ਕੋਸ਼ਿਸ਼ ਕਰੋ ਹਰ ਵੀ ਪਾਰਕ ਦੇ ਵਿੱਚ ਜਾ ਕੇ ਹਰ ਬੰਦਾ ਇੱਕ ਰੁੱਖ ਜ਼ਰੂਰ ਲਗਾਵੇ, ਨਹੀਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੀ ਪੀੜ੍ਹੀ ਨੂੰ ਸੁੱਖ ਦਾ ਸਾਹ ਨਹੀਂ ਮਿਲੇਗਾ ਜੀ। ਸੋ ਅੰਕਲ ਜੀ ਤੁਸੀਂ ਕੀ ਕਹਿਣਾ ਚਾਹੋਗੇ, ਤੁਹਾਡੇ ਘਰ ਦੇ ਵੀ ਆਉਂਦੇ ਨੇ ਇੱਥੇ? ਹਾਂ ਕਦੀ ਕਦੀ ਆਉਂਦੇ ਆ। ਸੋ ਤੁਸੀਂ ਆਪਣੇ ਫੈਮਿਲੀ ਮੈਂਬਰਸ ਨੂੰ ਵੀ ਇੱਥੇ ਸੇਵਾ ਦੇ ਨਾਲ ਲਗਾਇਆ ਹੋਇਆ, ਤੁਸੀਂ ਸੇਵਾ ਕਰਦੇ ਹੋ, ਘਰਦਿਆਂ ਨੂੰ ਖੁਸ਼ੀ ਹੁੰਦੀ ਹੈ? ਹਾਂਜੀ ਹਾਂਜੀ ਖੁਸ਼ੀ ਹੁੰਦੀ ਹੈ, ਬੱਚਿਆਂ ਨੂੰ ਵੀ ਹੁੰਦੀ ਹੈ, ਅਗਲੇ ਕਹਿੰਦੇ ਨੂੰ ਕਿ ਪੰਛੀਆਂ ਵਾਸਤੇ ਕੁਛ ਨਾ ਕੁਛ ਕਰਨਾ ਹੀ ਚਾਹੀਦਾ। ਇਸ ਕਰਕੇ ਮੇਰਾ ਮੈਸੇਜ ਹੈ ਕਿ ਸਭ ਲੋਕ ਕੁਛ ਨਾ ਕੁਛ ਪੰਛੀਆਂ ਵਾਸਤੇ ਪਾਣੀ ਦਾ ਇੰਤਜ਼ਾਮ ਜਾਂ ਖਾਣ ਪੀਣ ਦਾ ਜ਼ਰੂਰ ਪਾਰਕ ਰੱਖਣਾ ਚਾਹੀਦਾ। ਸੋ ਅਸੀਂ ਇਹਨਾਂ ਨਾਲ ਗੱਲਬਾਤ ਕਰ ਲਈ ਹੈ, ਇਹਨਾਂ ਦੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਦਾ, ਕਿਉਂਕਿ ਇੱਕ ਇੱਕ ਛੋਟਾ ਛੋਟਾ ਸਟੈਪ ਜੇ ਹਰ ਕੋਈ ਇਨਸਾਨ ਚੱਕੇ ਤਾਂ ਪੰਛੀਆਂ ਜੋ ਕਿ ਪੰਛੀ ਜੋ ਕਿ ਬੇਜ਼ੁਬਾਨ ਹੁੰਦੇ ਹੈ, ਕਹਿ ਨਹੀਂ ਸਕਦੇ, ਪਰ ਪਿਆਸ ਉਹਨਾਂ ਨੂੰ ਲੱਗਦੀ ਹੈ, ਭੁੱਖ ਉਹਨਾਂ ਨੂੰ ਵੀ ਲੱਗਦੀ ਹੈ। ਸੋ ਤੁਸੀਂ ਵੀ ਜ਼ਰੂਰ ਇੱਕ ਛੋਟੀ ਜਿਹੀ ਪਹਿਲ ਜ਼ਰੂਰ ਕਰੋ ਆਪਣੇ ਪੰਛੀਆਂ ਦੇ ਲਈ, ਜਾਨਵਰਾਂ ਦੇ ਲਈ, ਤਾਂ ਕਿ ਉਹਨਾਂ ਦੀ ਵੀ ਜ਼ਿੰਦਗੀ ਆਸਾਨ ਅਸੀਂ ਬਣਾ ਸਕੀਏ, ਕਿਉਂਕਿ ਸਾਡੇ ਕੋਲ ਤਾਂ ਸਾਰਾ ਕੁਝ ਹੈ, ਅਸੀਂ ਕੋਸ਼ਿਸ਼ ਕਰ ਲੈਂਦੇ ਹਾਂ, ਅਸੀਂ ਕਮਾ ਕੇ ਤਾਂ ਕਰ ਸਕਦੇ ਹਾਂ ਪਰ ਉਹ ਨਹੀਂ ਕਰ ਸਕਦੇ। ਸੋ ਸਾਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਤੁਸੀਂ ਵੀ ਇੱਕ ਪਹਿਲ ਜ਼ਰੂਰ ਕਰੋ ਜਿੱਦਾਂ ਇਹਨਾਂ ਨੇ ਕੀਤੀ, ਅਤੇ ਹੋਰ ਅਪਡੇਟ ਸੀ ਸਾਡੇ ਨਾਲ ਜੁੜੇ ਰਹੋ ਅਤੇ ਦੇਖਦੇ ਰਹੋ ਦ ਸਿਟੀ ਹੈਡਲਾਈਨਸ। ਮੈਂ ਦਮਨਜੋਤ, ਕੈਮਰਾਮੈਨ ਰਿਪਨ ਬੱਸੀ ਦੇ ਨਾਲ।